ਹੈਲੋ ਫਰੈਂਡਸ ਵੈਲਕਮ ਟੂ ਆਰ ਚੈਨਲ ਸਟੱਡੀ ਅਨਦਰ ਵੇ ਅੱਜ ਆਪਾਂ ਕਰਾਂਗੇ ਪੰਜਾਬ ਹਿਸਟਰੀ ਐਂਡ ਕਲਚਰ ਦੇ ਕੁਐਸਚਨ ਆਨਸਰਸ ਪਾਰਟ ਨੰਬਰ ਪਹਿਲਾ ਟੌਪਿਕ ਏਸ਼ੀਅਨ ਹਿਸਟਰੀ ਆਫ ਪੰਜਾਬ ਇਹੇ ਟੌਪਿਕ ਪਟਵਾਰੀ ਦੇ ਪੇਪਰ ਲਈ ਇੰਪੋਰਟੈਂਟ ਨੇ ਸਾਰੇ ਪਾਰਟਸ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਮਿਲਦੀ ਰਹੇ ਸ਼ੁਰੂ ਕਰਦੇ ਆਂ ਪਹਿਲੇ ਕੁਐਸਚਨ ਤੋਂ ਪੰਜਾਬ ਇਸ ਸਿਚੁਏਟਿਡ ਔਨ ਦਾ ਫਰੰਟੀਅਰ ਆਫ ਇੰਡੀਆ ਪੰਜਾਬ ਭਾਰਤ ਦੀਆਂ ਕਿਹੜੀਆਂ ਸਰਹੱਦਾਂ ਉਤੇ ਸਥਿਤ ਹੈ অপਸ਼ਨਸ 기ਵਨ ਨੇ ਟਾਈਮ ਖਰਾਬ ਨਾ ਕਰਦੇ ਹੋਏ ਦੇਖਦੇ ਹਾਂ ਕਰੈਕਟ ਆਨਸਰ ਸੀ ਨਾਰਥ-ਵੈਸਟਰਨ ਪੰਜਾਬ ਭਾਰਤ ਦਾ ਇੱਕ ਉੱਤਰ-ਪੱਛਮੀ ਰਾਜ ਹੈ ਇਹ ਜੰਮੂ ਅਤੇ ਕਸ਼ਮੀਰ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਹੈ ਵੈਦਿਕ ਯੁੱਗ ਵਿੱਚ ਇਸ ਨੂੰ ਸੱਤ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਇਹ ਭਾਰਤ ਦੇ ਸਿੱਖ ਪਾਈ ਚਾਰੇ ਦਾ ਦਿਲ ਹੈ ਅਤੇ ਗੋਲਡਨ ਟੈਂਪਲ ਲਈ ਜਾਣਿਆ ਜਾਂਦਾ ਹੈ ਜੋ ਕਿ ਇੱਕ ਪ੍ਰਮੁੱਖ ਤੀਰਥ ਸਥਾਨ ਮੂਵ ਟੂ ਦ ਨੈਕਸਟ ਕੁਐਸਚਨ ਸਪਤ ਸਿੰਧੂ ਪੰਜ ਨਦਾ ਬ੍ਰਹਮ ਵਰਤਾ ਪੈਂਟਾਪੋਟਾਮੀਆ ਤਾਕੀ ਸਕਾਈ ਆਰ ਦਾ ਏਸ਼ੀਅਨ ਨੇਮ ਆਫ ਡੈਸ਼ ਸਪਤ ਸਿੰਧੂ ਪੰਜ ਨੰਦਾ ਬ੍ਰਹਮ ਵਰਤਾ ਪੈਂਟਾਪੋਟਾਮੀਆ ਤਾਕੀ ਸਕਾਈ ਡੈਸ਼ ਦੇ ਪ੍ਰਾਚੀਨ ਨਾਮ ਹਨ ਆਪਸ਼ਨਸ ਕਿਵਨ ਨੇ ਦਾ ਰਾਈਟ ਆਨਸਰ ਇਜ਼ ਬੀ ਪੰਜਾਬ ਸਪਤ ਸਿੰਧੂ ਪੰਜ ਨੰਦਾ ਬ੍ਰਹਮ ਵਰਤਾ ਪੈਂਟਾਪੋਟਾਮੀਆ ਤਾਕੀ ਸਕਾਈ ਇਹ ਸਾਰੇ ਪ੍ਰਾਚੀਨ ਨਾਮ ਪੰਜਾਬ ਦੇ ਹਨ ਗ੍ਰੀਕ ਵਿੱਚ ਪੰਜਾਬ ਨੂੰ ਪੈਂਡਾ ਪਟਾਮੀਆ ਕਿਹਾ ਜਾਂਦਾ ਹੈ ਰਮਾਇਣ ਤੇ ਮਹਾਭਾਰਤ ਵਿੱਚ ਪੰਜਰੰਦਾ ਕਿਹਾ ਜਾਂਦਾ ਹੈ ਦੇਖਦੇ ਆ ਅਗਲਾ ਕੁਐਸਚਨ ਥਰੂ ਵਿਚ ਪਾਸ ਦਾ ਵੈਸਟਰਨ ਇਨਟਰੂਡਰਸ ਐਂਟਰਡ ਪੰਜਾਬ ਪੱਛਮੀ ਕੁਸਪੇਟੀਆਂ ਨੇ ਪੰਜਾਬ ਵਿੱਚ ਕਿਸ ਪਾਸਿਓਂ ਦਾਖਲ ਹੋਈ ਆਪਸ਼ਨਸ 기ਵਨ ਨੇ ਦਾ ਰਾਈਟ ਆਨਸਰ ਇਜ਼ ਏ ਖਾਈਬਰ ਪਾਸ ਪੰਜਾਬ ਭਾਰਤ ਦਾ ਇੱਕ ਉੱਤਰ ਪੱਛਮੀ ਰਾਜ ਹੈ ਇਹ ਜੰਮੂ ਕਸ਼ਮੀਰ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਹੈ ਮੱਧਕਾਲੀ ਪੰਜਾਬ ਨੇ ਹਮਲਾਵਰਾਂ ਵਪਾਰੀਆਂ ਵਿਦਵਾਨਾਂ ਅਤੇ ਵਪਾਰੀਆਂ ਨੂੰ ਪ੍ਰਵੇਸ਼ ਦੁਆਰ ਪ੍ਰਦਾਨ ਕੀਤੇ ਹਨ ਖੈਬਰ ਪਾਸ ਇਹ ਖੈਬਰ ਦਰਾ ਅਤੇ ਬੋਲਨ ਪਾਸ ਫਾਰਸੀ ਯੂਨਾਨੀ ਕੁਸ਼ਾਨਾ ਰਾਜਵਣੀਆਂ ਤੁਮਾਰੀਆਂ ਪਸ਼ਤੂਨਾ ਅਤੇ ਮੁਗਲਾਂ ਲਈ ਪ੍ਰਵੇਸ਼ ਦੁਆਰ ਰਿਹਾ ਹੈ ਦੇਖਦੇ ਹਾਂ ਅਗਲਾ ਕੁਐਸਚਨ ਹਿਮਾਲਿਆਸ ਮਾਊਂਟੇਨਸ ਆਰ ਇਨ ਅ ਟੈਸ ਸੀਰੀਜ਼ ਇਨ ਪੰਜਾਬ हिमालय ਦੇ ਪਰਬਤ ਪੰਜਾਬ ਵਿੱਚ ਕਿਹੜੀ ਲੜੀ ਵਿੱਚ ਹਨ ਆਪਸ਼ਨਸ 기ਵਨ ਨੇ ਦਾ ਰਾਈਟ ਆਨਸਰ ਇਜ਼ ਬੀ ਕੰਟੀਨਿਊਸ ਪੰਜਾਬ ਹਿਮਾਲਿਆ 560 ਕਿਲੋਮੀਟਰ ਲੰਬਾਈ ਦੇ ਪਹਾੜਾਂ ਦਾ ਇੱਕ ਨਿਰੰਤਰ ਫੈਲਿਆ ਹੋਇਆ ਹਿੱਸਾ ਹੈ ਇਹ ਸਿੰਧ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਕਾਰਾਕੋਰਮ ਲਦਾਖ ਪੀਰ ਪੰਜਲ ਜਸਕਰ ਅਤੇ ਢੋਲਾਤਾਰ ਇਸ ਭਾਗ ਦੀਆਂ ਪ੍ਰਮੁੱਖ ਸ਼੍ਰਾਨੀਆਂ ਹਨ ਮੂਵ ਟੂ ਦ ਨੈਕਸਟ ਕੁਐਸਚਨ Which Sikh general conquered Delhi and unfurled a Nishan Sahib at Red Fort Kis Sikh general ne Delhi jit ke Lal Qile te Nishan Sahib lehraya si Options given ne the right answer is A Bhai Bhagel Singh March 1787 vich Sikh faujane Delhi nu jit liya ate Bhai Bhagel Singh di agwai vich Lal Qile vich dakhil ho gaye ਮੁਗਲ ਬਾਸ਼ਾ ਆਲਮ ਨੇ ਇੱਕ ਸੰਧੀ ਪੇਸ਼ ਕੀਤੀ ਅਤੇ ਉਸ ਦੀਆਂ ਸ਼ਰਤਾਂ ਲਈ ਸਹਿਮਤੀ ਦਿੱਤੀ ਜਿਸ ਵਿੱਚ ਸੀਸਗਨ ਸਾਹਿਬ ਬੰਗਲਾ ਸਾਹਿਬ ਰਕਾਬਗਨ ਸਾਹਿਬ ਆਦਿ ਸਿੱਖ ਇਤਿਹਾਸਿਕ ਸਥਾਨਾਂ ਤੇ ਗੁਰਦੁਆਰਿਆਂ ਦੀ ਉਸਾਰੀ ਸ਼ਾਮਿਲ ਸੀ ਦੇਖਦੇ ਆਂ ਅਗਲਾ ਕੁਐਸਚਨ ਅਲੀ ਮੈਨ ਸਟਾਰਟਡ ਮੈਨੂਫੈਕਚਰਿੰਗ ਆਰਥਨ ਜਾਰਸ ਇਨ ਵਿਚ ਆਫ ਦਾ ਫਾਲੋਇੰਗ 에ਜਸ ਮੁਢਲੇ ਮਨੁੱਖ ਨੇ ਹੇਠ ਲਿਖਿਆਂ ਵਿੱਚੋਂ ਕਿਸ ਯੁੱਗ ਵਿੱਚ ਮਿੱਟੀ ਦੇ ਘੜੇ ਬਣਾਉਣੇ ਸ਼ੁਰੂ ਕੀਤੇ ਸਨ ਆਪਸ਼ਨਸ गिवन ਨੇ ਦਾ ਰਾਈਟ ਆਨਸਰ ਇਜ਼ ਬੀ ਨੀਓਲੈਥਿਕ 에ਜ ਨਵੇਂ ਪੱਥਰ ਯੁੱਗ ਵਿੱਚ ਔਰਤਾਂ ਹੱਥਾਂ ਨਾਲ ਮਿੱਟੀ ਦੇ ਬਰਤਨ ਅਤੇ ਹੋਰ ਮਿੱਟੀ ਦੀਆਂ ਚੀਜ਼ਾਂ ਬਣਾਉਂਦੀਆਂ ਸਨ ਨਵਾਂ ਪੱਥਰ ਯੁੱਗ ਉਦੋਂ ਸ਼ੁਰੂ ਹੋਇਆ ਜਦੋਂ ਮਨੁੱਖ ਨੇ ਖੇਤੀ ਦਾ ਵਿਕਾਸ ਕੀਤਾ ਅਤੇ ਪਿੰਡੂ ਪਿੰਡਾਂ ਵਿੱਚ ਅਤੇ ਪਾਈਚਾਰਿਆਂ ਵਿੱਚ ਵਸਣਾ ਸ਼ੁਰੂ ਕੀਤਾ ਦੇਖਦੇ ਹਾਂ ਅਗਲਾ ਕੁਐਸਚਨ ਹੜੱਪਾ ਸਿਵਲਾਈਜ਼ੇਸ਼ਨ ਬਿਲੋਂਗਸ ਟੂ ਵਿਚ ਆਫ ਦਾ ਫਾਲੋਇੰਗ ਪੀਰੀਅਡਸ ਹੜੱप्पा ਸਭਿਤਾ ਹੇਠ ਲਿਖਿਆਂ ਵਿੱਚੋਂ ਕਿਸ ਕਾਲ ਨਾਲ ਸੰਬੰਧਿਤ ਹੈ ਆਪਸ਼ਨਸ 기ਵਨ ਨੇ ਦਾ ਰਾਈਟ ਆਨਸਰ ਇਜ਼ ਬੀ ਬਰਾਉਨ 에ਜ ਪੀਰੀਅਡ ਉਹਨਾਂ ਨੇ ਪਿੱਤਲ ਦੀਆਂ ਵਰਤੋਂ ਕਰਕੇ ਸੰਦ ਅਤੇ ਹਥਿਆਰ ਬਣਾਏ ਕਿਉਂਕਿ ਹੜੱप्पा ਸਭਿਤਾ ਵਿੱਚ ਕਾਂਸੀ ਦੀ ਵਿਆਪਕ ਤੌਰ ਤੇ ਵਰਤੋਂ ਕੀਤੀ ਜਾਂਦੀ ਸੀ ਇਸ ਲਈ ਇਸ ਨੂੰ ਕਾਂਸੀ ਯੁੱਗ ਦੀ ਸਭਿਤਾ ਵਜੋਂ ਵੀ ਜਾਣਿਆ ਜਾਣ ਲੱਗਾ ਮੂਵ ਟੂ ਦ ਨੈਕਸਟ ਕੁਐਸਚਨ ਵੈਨ ਡਿਡ ਬਾਬਰ ਅਟੈਕ ਪੰਜਾਬ ਫਾਰ ਦ ਫਰਸਟ ਟਾਈਮ ਬਾਬਰ ਨੇ ਪੰਜਾਬ ਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ অপশনস গিভেন ਨੇ ਦਾ கரੈਕਟ ਆਂਸਰ ਇਜ਼ ਸੀ ਇਨ 1519 1519 ਇਸਵੀ ਵਿੱਚ ਕਾਬਲ ਦੇ ਬਾਦਸ਼ਾ ਜਹੀਰਉਦਦੀਨ ਬਾਬਰ ਨੇ ਪਹਿਲੀ ਵਾਰ ਪੰਜਾਬ ਉਤੇ ਹਮਲਾ ਕੀਤਾ ਪੰਜਾਬ ਤੇ ਬਾਬਰ ਨੇ ਕੁੱਲ ਪੰਜ ਵਾਰੀ ਹਮਲਾ ਕੀਤਾ ਉਸਨੇ ਪਹਿਲਾ ਬਜੌਰ ਨੂੰ ਜਿੱਤਿਆ ਅਤੇ ਫਿਰ ਤੇਗ ਨੂੰ ਜਿੱਤ ਲਿਆ ਪੇਡਾਂ ਦੇ ਲੋਕਾਂ ਨੇ ਬਗਾਵਤ ਕੀਤੀ ਅਤੇ ਫਿਰ ਸਤੰਬਰ 1519 ਵਿੱਚ ਬਾਬਰ ਨੇ ਪੰਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ ਦੇਖਦੇ ਹਾਂ ਅਗਲਾ ਕੁਐਸਚਨ ਦਾ ਡੌਕਯਾਰਡ ਵਾਸ ਫਾਊਂਡ ਇਨ ਵਿਚ ਆਫ ਦਾ ਫੋਲੋਇੰਗ ਸਾਈਟਸ ਆਫ ਇਨ ਦਾ ਸਵੈਲੀ ਸਿਵਲਾਈਜੇਸ਼ਨ ਡੌਕਯਾਰਡ ਸਿੰਧੂ ਘਾਟੀ ਦੇ ਹੇਠਲੇ ਸਥਾਨਾ ਵਿੱਚੋਂ ਕਿਸ ਵਿੱਚ ਪਾਇਆ ਗਿਆ ਸੀ ਆਪਸ਼ਨਸ 기ਵਨ ਨੇ ਦਾ ਰਾਈਟ ਆਨਸਰ ਇਜ਼ ਬੀ ਲੋਥਲ ਇਸ ਵਿੱਚ ਇੱਕ ਇਟ ਯੋਕ ਡੌਕਯਾਰਡ ਦੇ ਨਾਮ ਤੇ ਹੈ ਇਹ ਚੋਲਾ ਦੀ ਸਭ ਤੋਂ ਪੁਰਾਣੀ ਕਾਸ਼ ਤੇ ਸਬੂਤ ਹਨ ਇਹ ਸਿੰਧੂ ਘਾਟੀ ਦੇ ਲੋਕਾਂ ਲਈ ਇੱਕ ਬੰਦਰਗਾਹ ਵਜੋਂ ਕੰਮ ਕਰਦਾ ਸੀ ਲੋਥਲ ਜੋ ਕਿ ਗੁਜਰਾਤ ਦੇ ਭੋਗਵਾ ਨਦੀ ਦੇ ਕੰਢੇ ਤੇ ਸਥਿਤ ਹੈ ਦੇਖਦੇ ਆ ਅਗਲਾ ਕੁਐਸਚਨ ਵੈਨ ਵਾਸ ਦ ਫਰਸਟ ਬੈਟਲ ਆਫ ਪਾਨੀਪਤ ਫੌਟ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ ਸੀ ਆਪਸ਼ਨਸ 기ਵਨ ਨੇ ਦਾ ਕਰੈਕਟ ਆਨਸਰ ਇਜ਼ ਬੀ ਇਨ ਅਪ੍ਰੈਲ 21 1526 1526 ਵਿੱਚ ਕਾਬਲistan ਦੇ ਤਮਰੂਦ ਸ਼ਾਸਕ ਬਾਬਰ ਦੀਆਂ ਮੁਗਲ ਫੌਜਾਂ ਨੇ ਦਿੱਲੀ ਦੇ ਸੁਲਤਾਨ ਇਬਰਾਹਿਮ ਲੋਦੀ ਦੀ ਬਹੁਤ ਵੱਡੀ ਸ਼ਾਸਕ ਫੌਜ ਨੂੰ ਹਰਾਇਆ ਇਹ ਪਾਨੀਪਤ ਦੀ ਪਹਿਲੀ ਲੜਾਈ ਜੋ ਕਿ ਬਾਬਰ ਨੇ ਜਿੱਤੀ ਸੀ 21 April 1526 ਨੂੰ Move to the next question The remains of the Harappa civilization period were found from which place of Punjab Harappa civilization kal de avshesh Punjab de kis sthan to mile han options given ne the right answer is D Sangol Sangol nu Uchcha Pind de naam vajavi jaanya janda hai Sangol to lagbhag 3000 saal purane Harappa kal de naal ਸਬੰਧਿਤ ਕਈ અવਸ਼ੇਸ਼ ਮਿਲੇ ਹਨ ਇਸ ਅਸਥਾਨ ਤੋਂ ਵੱਡੀ ਗਿਣਤੀ ਵਿੱਚ ਸਿੱਕੇ ਥਮ ਪੱਥਰ ਦੀਆਂ ਸਲੈਬਾਂ ਆदि અવਸ਼ੇਸ਼ ਮਿਲੇ ਹਨ ਦੇਖਦੇ ਅਗਲਾ ਕੁਐਸਚਨ ਵੈਨ ਡਿਡ ਦਾ ਫਰਸਟ ਐਂਗਲੋ ਸਿਕ ਵਾਰ ਸਟਾਰਟਡ ਪਹਿਲੀ ਐਂਗਲੋ ਸਿਕ جنگ ਕਦੋਂ ਸ਼ੁਰੂ ਹੋਈ ਸੀ ਆਪਸ਼ਨਸ 기ਵਨ ਨੇ ਦਾ ਕਰੈਕਟ ਆਨਸਰ ਇਜ਼ ਏ ਡਿਸੰਬਰ 1845 ਪਹਿਲੀ ਐਂਗਲੋ ਸਿਕ جنگ ਡਿਸੰਬਰ 1845 ਵਿੱਚ ਸ਼ੁਰੂ ਹੋਈ ਸੀ ਪੰਜਾਬ ਦੀ ਸਿੱਖ ਫੌਜ ਅਤੇ ਬ੍ਰਿਟਿਸ਼ ਫੌਜਾਂ ਵਿਚਕਾਰ ਪਹਿਲੀ ਲੜਾਈ ਮੁਦਕੀ ਦੀ ਲੜਾਈ ਸੀ ਜੋ ਕਿ ਦਸੰਬਰ 18 1845 ਨੂੰ ਸ਼ੁਰੂ ਹੋਈ ਸੀ ਇਹ ਸੀ ਅੱਜ ਦੇ ਕੁਝ ਇੰਪੋਰਟੈਂਟ ਕੁਐਸਚਨ ਰਿਲੇਟਡ ਟੂ ਪੰਜਾਬ ਹਿਸਟਰੀ ਐਂਡ ਕਲਚਰ ਟਾਪਿਕ ਏਸ਼ੀਅਨ ਹਿਸਟਰੀ ਆਫ ਪੰਜਾਬ ਇਸ ਚੈਨਲ ਤੇ ਇਹ ਸੀਰੀਜ਼ ਕੰਟੀਨਿਊ ਚਲਦੀ ਰਹੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸੇ ਮਿਲਦੀ ਰਹੀ थैंक यू